ਤਾਪਾ ਡੌਗ ਟ੍ਰੇਨਰ ਡੌਗ ਬੇਬੀਸ ਵੱਲੋਂ ਸਾਰੀ ਪੈਟ ਲਵਰ ਫੈਮਿਲੀਜ਼ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹੈ ਜੀ। ਤੇ ਦੋਸਤੋ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਖਾਸ ਕਰ ਬਿਗਨਰਾਂ ਵਾਸਤੇ ਹੈਗਾ ਆ। ਟੌਪਿਕ ਅੱਜ ਦਾ ਹੈਗਾ ਆ ਡੌਗ ਦਾ ਘਰ, ਡੌਗ ਦਾ ਕੈਨਲ, ਡੌਗ ਦਾ ਕੇਜ। ਡੌਗ ਕੈਨਲ ਇਜ਼ ਵੈਰੀ ਇੰਪੋਰਟੈਂਟ ਫੋਰ ਬਿਗਨਰਸ। ਜਿਹੜੇ ਪਹਿਲੀ ਮਰਤਬਾ ਪਹਿਲੀ ਵਾਰ ਡੌਗ ਆਪਣੇ ਘਰ ਲੈ ਕੇ ਆਉਣਾ ਚਾਹੁੰਦੇ ਆ, ਖਰੀਦਣਾ ਚਾਹੁੰਦੇ, ਉਹਨਾਂ ਲਈ ਬਹੁਤ ਹੀ ਜ਼ਰੂਰੀ ਵੀਡੀਓ ਹੈਗੀ ਆ ਦੋਸਤੋ। ਇੱਦਾਂ ਦੀ ਵੀਡੀਓ ਤੁਹਾਨੂੰ ਕਿਤੇ ਵੀ ਨੈੱਟ 'ਤੇ ਨਹੀਂ ਮਿਲਣੀ ਹੈਗੀ, ਨਾ ਕਿਸੇ ਨੇ ਤੁਹਾਨੂੰ ਗਾਈਡ ਕਰਨਾ ਹੈਗਾ ਇੱਦਾਂ ਦੀ ਵੀਡੀਓ ਵਾਲੀ। ਹੁਣ ਦੋਸਤੋ ਗੱਲ ਕਰਦੇ ਹਾਂ ਆਪਾਂ ਕੈਨਲ ਦੀ, ਕੇਸ ਦੀ। ਦੋਸਤੋ ਜਿਹੜਾ ਜਦ ਵੀ ਅਸੀਂ ਇੱਕ ਡੌਗ ਲੈ ਕੇ ਆਉਂਦੇ ਹਾਂ ਉਹਦਾ ਇੱਕ ਘਰ ਹੋਣਾ, ਇੱਕ ਪ੍ਰੋਪਰ ਉਸਦੀ ਇੱਕ ਜਗ੍ਹਾ ਹੋਣੀ ਬਹੁਤ ਜ਼ਰੂਰੀ ਹੈ ਸਾਡੇ ਘਰ ਦੇ ਵਿੱਚ। ਕਿਉਂਕਿ ਅਗਰ ਉਸਦੀ ਪ੍ਰੋਪਰ ਪਲੇਸ ਨਹੀਂ ਹੋਈ ਡੌਗ ਦੀ ਤਾਂ ਉਹਨੂੰ ਆਦਤ ਬਣ ਜੂ ਖੁੱਲ੍ਹਾ ਘੋੜਾ ਬਣਨ ਦੀ। ਕਦੀ ਉੱਧਰ ਮੂੰਹ ਮਾਰ, ਕਦੀ ਉੱਧਰ ਜਾ, ਕਦੀ ਉੱਧਰ ਜਾ, ਕਦੀ ਉੱਧਰ ਜਾ, ਓਨਰ ਹੋ ਜਾਂਦੇ ਤੰਗ ਅਤੇ ਆਪਣੇ ਡੌਗ ਦੇ ਉੱਪਰ ਸਟ੍ਰਿਕਟਲੀ ਹੋ ਜਾਂਦੇ ਨੇ, ਕੁੱਟਣਾ ਸਟਾਰਟ ਕਰ ਦਿੰਦੇ ਨੇ, ਮਾਰਨਾ ਸਟਾਰਟ ਕਰ ਦਿੰਦੇ ਨੇ। ਦੋਸਤੋ ਇਹ ਚੀਜ਼ਾਂ ਨਾ ਹੋਵੇ ਤਾਂ ਇਸ ਤੋਂ ਵਧੀਆ ਹੈ ਕਿ ਜਦ ਵੀ ਅਸੀਂ ਡੌਗ ਲੈ ਕੇ ਆਉਣਾ ਆ ਸਾਨੂੰ ਇੱਕ ਕੈਨਲ ਖਰੀਦਣਾ ਚਾਹੀਦਾ ਹੈਗਾ, ਇੱਕ ਡੌਗ ਕੇਜ ਖਰੀਦਣਾ ਚਾਹੀਦਾ ਹੈਗਾ ਆ। ਅਸੀਂ ਸਾਰੀ ਉਮਰ ਉਹਦੇ ਵਿੱਚ ਨਹੀਂ ਰੱਖਣਾ ਹੈਗਾ ਆ, ਜਾਂ ਪੂਰਾ ਦਿਨ ਅਸੀਂ ਉਹਨੂੰ ਉਹਦੇ ਵਿੱਚ ਨਹੀਂ ਰੱਖਣਾ ਹੈਗਾ ਆ। ਕੈਨਲ ਦਾ ਮਤਲਬ ਹੁੰਦਾ ਹੈ ਉਸਦੀ ਉਸਨੂੰ ਪੇਸ਼ੈਂਸ ਆਉਣੇ ਡੌਗ ਨੂੰ, ਉਸਨੂੰ ਸਮਝ ਆਉਣੀ, ਉਸਦੇ ਵਿੱਚ ਟਿਕਾਵ ਆਉਣਾ, ਇਸਦੇ ਨਾਲ ਡੌਗ ਕਾਮ ਬਣਦਾ, ਕਾਮ ਅਸਰਟਿਵ ਬਣਦਾ ਆ। ਉਸਨੂੰ ਘਰ ਦੇ ਮੈਂਬਰਾਂ ਦੇ ਨਾਲ ਉਹਨਾਂ ਦੀ ਗੱਲਾਂ ਸੁਣਨਾ ਅਤੇ ਉਹਨਾਂ ਦੇ ਸੈਟਅਪ ਕਰਨਾ ਆ ਜਾਂਦਾ ਡੌਗ ਨੂੰ। ਜੇ ਅਸੀਂ ਕੈਨਲ ਨਹੀਂ ਰੱਖਦੇ, ਮੰਨ ਲਓ ਅਸੀਂ ਘਰ ਦੇ ਵਿੱਚ ਇੱਕ ਪਿੱਲਾ ਲੈ ਆਉਂਦੇ ਹਾਂ, ਇੱਕ ਡੌਗ ਲੈ ਆਉਂਦੇ ਹਾਂ, ਅਤੇ ਕੀ ਹੁੰਦਾ ਅਕਸਰ ਉਹ ਕਦੀ ਸੋਫੇ ਥੱਲੇ ਵੜ ਜਾਂਦਾ, ਕਦੀ ਬੈੱਡ ਥੱਲੇ ਵੜ ਜਾਂਦਾ ਆ, ਕਦੀ ਅਲਮਾਰੀ ਥੱਲੇ ਵੜ ਜਾਂਦਾ, ਕਦੀ ਬਾਹਰ ਚਲਾ ਜਾਂਦਾ, ਕਦੀ ਕੁਛ ਚੱਪਲ ਲੱਗ ਜਾਂਦਾ, ਕਦੀ ਕੁਛ ਪੱਟਤਾ, ਕੁਛ ਖਾ ਗਿਆ, ਜ਼ਹਿਰੀਲੀ ਚੀਜ਼ ਕੁਛ ਨਿਕਲ ਗਿਆ। ਸੋ ਬਹੁਤ ਸਾਰੇ ਇਸ਼ੂਜ਼ ਹੋ ਸਕਦੇ ਨੇ। ਸੋ ਦੋਸਤੋ ਇਹਦਾ ਇੱਕ ਸਿੰਪਲ ਜਿਹਾ ਨਿਦਾਨ ਹੈਗਾ, ਸਿੰਪਲ ਜਿਹਾ ਹੱਲ ਹੈਗਾ, ਇੱਕ ਡੌਗ ਕੈਨਲ ਲਵੋ। ਇਹ ਪੋਰਟੇਬਲ ਕੈਨਲ ਹੁੰਦੇ ਨੇ, ਮੈਂ ਤੁਹਾਨੂੰ ਦਿਖਾਉਂਦਾ, ਮੇਰੇ ਸ਼ੌਪ ਦੇ ਵਿੱਚ ਵੀ ਪਏ ਅਵੇਲੇਬਲ ਹੁੰਦੇ ਆ, ਬਹੁਤ ਅੱਛੀ ਕੁਆਲਿਟੀ ਦੇ ਮੇਰੇ ਕੋਲ। ਉਹਨੂੰ ਆਪਾਂ ਬੰਦ ਕਰ ਸਕਦੇ ਹਾਂ, ਉਹ ਇੱਕ ਕਿਤਾਬ ਦੀ ਤਰ੍ਹਾਂ ਬਣ ਜਾਂਦਾ, ਪੋਰਟੇਬਲ ਹੁੰਦਾ, ਆਪਾਂ ਕਿਤੇ ਵੀ ਲੈ ਕੇ ਜਾ ਸਕਦੇ ਹਾਂ ਕਾਰ 'ਚ ਰੱਖ ਕੇ, ਅਤੇ ਖੁੱਲ੍ਹ ਜਾਂਦਾ ਵੱਡਾ ਕੈਨਲ ਹੁੰਦਾ ਅਤੇ ਨੀਚੇ ਉਹਦਾ ਟ੍ਰੇ ਲੱਗੀ ਹੁੰਦੀ ਹੈ। ਮੰਨ ਲਓ ਡੌਗ ਨੇ ਪੋਟੀ ਸੁਸੂ ਕਰਤਾ, ਅਸੀਂ ਟ੍ਰੇ ਕੱਢੀ ਚੱਕ ਕੇ ਥਰੋ ਕਰਤੀ, ਨਹੀਂ ਤਾਂ ਜਗ੍ਹਾ 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 ਉਹਨੇ ਪੋਟੀ ਸੁਸੂ ਕਰੀ ਜਾਣਾ ਆ, ਅਤੇ ਅਸੀਂ ਉੱਥੇ ਜਾ ਕੇ ਉਹਦੇ ਪਿੱਛੇ 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 'ਚ ਉਹਦੇ ਫੋਲਰ ਬਣ ਕੇ ਸਫਾਈ ਕਰਨੀ ਸਟਾਰਟ ਕਰ ਦੇਣੀ ਹੈ। ਜਿਹਦੇ ਘਰ ਦੇ ਵਿੱਚ ਡੌਗ ਨਵਾਂ ਆਉਂਦਾ ਨਾ ਅਤੇ ਮੰਮੀ ਪਾਪਾ ਉਹਦੇ ਖਿੱਚ ਜਾਂਦੇ ਨੇ ਅਤੇ ਘਰ ਦੇ ਮੈਂਬਰ ਖਿੱਚ ਜਾਂਦੇ ਆ, ਜਗ੍ਹਾ ਜਗ੍ਹਾ ਇਹਨੇ ਪੋਟੀ ਕਰਤੀ, ਜਗ੍ਹਾ ਜਗ੍ਹਾ ਸੁਸੂ ਕੀਤਾ ਪਿਆ, ਸਮੈਲ ਆਉਣ ਲੱਗ ਗਈ, ਕਾਫੀ ਇਸ਼ੂਜ਼ ਬਣਦੇ ਨੇ। ਸੋ ਦੋਸਤੋ ਅਗਰ ਅਸੀਂ ਇੱਕ ਕੈਨਲ ਲੈ ਆਉਂਦੇ ਹਾਂ, ਇੱਕ ਵੱਡਾ ਕੈਨਲ ਲੈ ਆਉਂਦੇ ਹਾਂ, ਅਤੇ ਉਹ ਬੰਦ ਹੋ ਜਾਂਦਾ ਆ ਔਰ ਲਾਈਫ ਟਾਈਮ ਡੌਗ ਦੇ ਲਈ ਸੂਟੇਬਲ ਹੁੰਦਾ, ਲਾਈਫ ਟਾਈਮ ਉਹਦੇ ਲਈ ਮਤਲਬ ਮਜ਼ਬੂਤ ਕੈਨਲ ਇਹ ਖਰਾਬ ਨਹੀਂ ਹੁੰਦੇ ਹੈਗੇ। ਸੋ ਦੋਸਤੋ ਇਹ ਕਿੰਨੇ ਲੋਕ ਨੇ ਇਸਨੂੰ ਕੈਨਲ ਦੇ ਵਿੱਚ ਬੰਦ ਕਰਨਾ, ਕੈਨਲ ਦੇ ਵਿੱਚ ਰੱਖਣਾ ਡੌਗ ਨੂੰ ਕ੍ਰਿਊਟੀ ਸਮਝਦੇ ਨੇ, ਕਿਉਂਕਿ ਇਹ ਕ੍ਰਿਊਟੀ ਹੈ। ਦੇਖੋ ਜੀ ਪੂਰਾ ਦਿਨ ਬੰਦ ਕਰਕੇ ਰੱਖੋਗੇ, ਦੈਟਸ ਅ ਕ੍ਰਿਊਟੀ। ਜੇ ਤੁਸੀਂ ਉਸਨੂੰ ਕੁਛ ਘੰਟਿਆਂ ਲਈ ਡੌਗ ਨੂੰ ਰੱਖਦੇ ਹੋ ਕੈਨਲ ਦੇ ਵਿੱਚ, ਉਹਨੂੰ ਵੀ ਸੋਨਾ ਮੰਗਦਾ, ਉਹ ਵੀ ਇੱਕ ਕੇਵ ਦੇ ਵਿੱਚ ਰਹਿੰਦੇ ਨੇ ਨਾ, ਕਿਉਂਕਿ ਜੇ ਇਹ ਵਾਈਲਡ ਹੈ ਤਾਂ ਇੱਕ ਗੁਫਾ ਦੇ ਵਿੱਚ ਪੱਟ ਕੇ ਗੁਫਾ ਬਣਾ ਕੇ ਉਹਦੇ ਵਿੱਚ ਬੱਚੇ ਦਿੰਦੇ ਨੇ, ਉਹਦੇ ਵਿੱਚ ਬੱਚੇ ਪਲਦੇ ਨੇ। ਸੋ ਇਹਨਾਂ ਨੂੰ ਇਹ ਆਪਣੀ ਗੁਫਾ ਲੱਗਦੀ ਹੈ, ਇਹਨਾਂ ਨੂੰ ਕੇਵ ਲੱਗਦੀ ਹੈ, ਇਹ ਜਿਹੜਾ ਕੈਨਲ ਹੈ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਉਹ ਦੋਸਤੋ ਕਲਾਇੰਟਸ ਆ ਗਏ ਆ, ਅਤੇ ਮੈਂ ਦੋਸਤੋ ਕਲਾਇੰਟ ਆ ਗਏ ਸੀਗੇ ਆ, ਡੌਗ ਲੈਣਾ ਸੀਗਾ ਜਾਂ ਰਿਕੁਆਇਰਮੈਂਟ ਲਿਖਾ ਕੇ ਗਏ ਨੇ। ਸੋ ਦੋਸਤੋ ਮੈਂ ਗੱਲ ਕਰ ਰਿਹਾ ਸੀ ਕਿ ਡੌਗ ਨੇ ਇੱਕ ਗੁਫਾ ਦੇ ਵਿੱਚ ਰਹਿਣਾ ਅੱਛਾ ਲੱਗਦਾ, ਉਹਨਾਂ ਨੂੰ ਕੈਨਲ ਦੇ ਵਿੱਚ ਰਹਿਣਾ ਅੱਛਾ ਲੱਗਦਾ, ਇੱਕ ਮਤਲਬ ਇੱਕ ਸੁਰੰਗ ਦੇ ਵਿੱਚ ਰਹਿਣਾ ਅੱਛਾ ਲੱਗਦਾ, ਇਹ ਉਹਨਾਂ ਦਾ ਕੈਨਲ ਇੱਕ ਉਹੀ ਇਹਨਾਂ ਨੂੰ ਫੀਲ ਕਰਾਉਂਦਾ ਹੈਗਾ ਆ। ਇਹਦੇ ਨੀਚੇ ਜਾਲੀ ਲੱਗੀ ਹੁੰਦੀ ਆ, ਉਹਦੇ ਨੀਚੇ ਵੀ ਹਵਾ ਲੱਗਦੀ ਰਹਿੰਦੀ ਹੈ ਡੌਗ ਨੂੰ, ਉਹਦਾ ਟੈਂਪਰੇਚਰ ਬਿਲਕੁਲ ਸਹੀ ਰੱਖਦੀ ਹੈ, ਅਤੇ ਇਹਦੇ ਵਿੱਚ ਉਹ ਘੁੱਟਣ ਫੀਲ ਨਹੀਂ ਕਰਦਾ ਹੈਗਾ। ਇੱਕ ਦਿਨ ਚੂੰ ਚੂੰ ਕਰੂਗਾ, ਦੋ ਦਿਨ ਚੂੰ ਚੂੰ ਕਰੂਗਾ, ਉਸ ਤੋਂ ਬਾਅਦ ਤੀਜੇ ਦਿਨ ਉਸਨੂੰ ਯੂਜ਼ ਟੂ ਹੋ ਜਾਂਦਾ ਡੌਗ ਉਸਨੂੰ। ਜਦ ਮਤਲਬ ਜਿੰਨਾ ਦੇਰ ਤੁਸੀਂ ਇੱਕ ਘੰਟਾ ਦੋ ਘੰਟੇ ਰੱਖਣਾ ਚਾਹੁੰਦੇ ਹੋ ਰੱਖੋ, ਅਤੇ ਬਾਕੀ ਬਾਹਰ ਛੱਡ ਲਓ। ਜਦ ਤੁਹਾਨੂੰ ਲੱਗਦਾ ਖਰਾਬੀ ਕਰਦਾ ਆ ਜਾਂ ਗੜਬੜੀ ਕਰ ਰਿਹਾ ਕੁਛ, ਤੁਸੀਂ ਚੱਕ ਕੇ ਉਸਨੂੰ ਉਹਦੇ ਕੈਨਲ ਦੇ ਵਿੱਚ ਪਾ ਸਕਦੇ ਹੋ, ਅੱਧੇ ਜਗ੍ਹਾ 'ਚ ਉਹਦਾ ਬਿਸਤਰਾ ਲਗਾ ਸਕਦੇ ਹੋ, ਠੀਕ ਹੈ ਜੀ, ਟੋਆਏ ਦੇ ਸਕਦੇ ਹੋ ਉਹਦੇ ਖੇਲਣ ਵਾਸਤੇ, ਉਹਦੀਆਂ ਜਿੰਨੀ ਵੀ ਉਹਦੀਆਂ ਖੇਲਣ ਵਾਲੀਆਂ ਚੂਸਟਿਕਸ ਹੈਗੀਆਂ, ਟੋਆਏਸ ਹੈਗੀਆਂ, ਉਹ ਸਾਰੇ ਤੁਸੀਂ ਉੱਧਰ ਰੱਖ ਸਕਦੇ ਹੋ। ਪਾਣੀ ਦਾ ਬਾਊਲ ਰੱਖ ਸਕਦੇ ਹੋ, ਠੀਕ ਹੈ ਜੀ, ਉਹਦਾ ਬੈੱਡ ਲਗਾ ਸਕਦੇ ਹੋ ਉੱਧਰ, ਠੀਕ ਹੈ ਜੀ। ਇਸਦੇ ਵਿੱਚ ਡੌਗ ਵੀ ਬਹੁਤ ਸੇਫ ਫੀਲ ਕਰਦਾ, ਉਹਨੂੰ ਖੁੱਲ੍ਹ ਕੇ ਨੀਂਦ ਆਉਂਦੀ ਹੈ, ਅਤੇ ਉਹਦੀ ਸਿਹਤ ਵੀ ਚੰਗੀ ਰਹਿੰਦੀ ਹੈਗੀ ਹੈ। ਨਹੀਂ ਤਾਂ ਜਗ੍ਹਾ 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 ਮੂੰਹ ਮਾਰਦਾ ਰਹਿੰਦਾ ਹੈ, ਜਗ੍ਹਾ ਜਗ੍ਹਾ ਚੀਜ਼ਾਂ ਖਰਾਬ ਕਰਦਾ ਰਹਿੰਦਾ ਹੈ, ਉਹਦੀ ਵੀ ਸਿਹਤ ਵਿਗੜ ਸਕਦੀ ਹੈ, ਅਤੇ ਉਹਦਾ ਬਿਹੇਵੀਅਰ ਵੀ ਜਿਹੜਾ ਹੈਗਾ ਹੈ ਨਾ, ਉਹਦਾ ਟੈਂਪਰਾਮੈਂਟ ਵੀ ਥੋੜ੍ਹਾ ਅਲੱਗ ਹੋ ਜਾਂਦਾ ਹੈਗਾ। ਸੋ ਦੋਸਤੋ ਕੈਨਲ ਬਹੁਤ ਇੱਕ ਅੱਛੀ ਚੀਜ਼ ਹੈਗੀ ਆ, ਇਹਨੂੰ ਅਸੀਂ ਲਾਈਕ ਪੂਰਾ ਦਿਨ ਲਈ ਅਸੀਂ ਡੌਗ ਉਹਦੇ ਵਿੱਚ ਧੱਕ ਕੇ ਨਹੀਂ ਰੱਖਣਾ ਹੈਗਾ ਆ। ਜਦ ਲੱਗਦਾ ਤੁਹਾਨੂੰ ਵੀ ਖਰਾਬੀ ਕਰਦਾ ਆ, ਉਹਨੂੰ ਉਹਦੇ ਵਿੱਚ ਪਾਵੋ। ਦੋ ਤਿੰਨ ਮਹੀਨੇ ਦੀ ਗੇਮ ਹੁੰਦੀ ਹੈ, ਉਸ ਤੋਂ ਬਾਅਦ ਤੁਸੀਂ ਉਹਦੀ ਕੁੰਡੀ ਖੋਲੋ, ਕੈਨਲ ਵੀ ਖੋਲ ਕੇ ਰੱਖ ਦਿਓ। ਡੌਗ ਨੇ ਜਦ ਵੀ ਸੋਣਾ ਹੁੰਦਾ ਆ, ਜਦੋਂ ਵੱਡਾ ਹੋ ਜਾਂਦਾ, ਉਹ ਚੁੱਪਚਾਪ ਨਾਲ ਜਾਂਦਾ ਆਪਣੇ ਕੈਨਲ ਦੇ ਅੰਦਰ, ਸੌਂਦਾ ਆ, ਖਾਂਦਾ ਆ, ਪੀਂਦਾ ਆ, ਅਤੇ ਰੈਸਟ ਕਰਨ ਤੋਂ ਬਾਅਦ ਬਾਹਰ
ਕਿਉਂਕਿ ਜਦ ਅਸੀਂ ਪੱਤੀ ਲੈ ਕੇ ਆਉਂਦੇ ਹਾਂ ਉਹ ਨਾ ਹਰ ਦੋ ਤਿੰਨ ਘੰਟੇ ਬਾਅਦ ਪੋਟੀ ਸੁਸੂ ਕਰਦਾ ਆ ਅਤੇ ਉਹਦੇ ਨੀਚੇ ਸਾਡੇ ਟਰੇਅ ਲੱਗੀ ਹੁੰਦੀ ਹੈ ਕੈਨਲ ਦੇ ਥੱਲੇ ਅਸੀਂ ਕੈਨਲ 'ਚ ਟਰੇਅ ਕੱਢ ਕੇ ਥਰੋ ਕਰ ਸਕਦੇ ਹਾਂ ਪੋਟੀ ਸੁਸੂ ਵਾਲਾ ਝੰਝਟ ਵੀ ਮੁੱਕ ਜਾਂਦਾ ਆ ਠੀਕ ਹੈ ਜੀ ਮੰਨ ਲਓ ਦੂਜਾ ਇਹਦਾ ਤੀਜਾ ਫਾਇਦਾ ਇਹ ਹੈ ਕਿ ਕੱਲ੍ਹ ਨੂੰ ਅਸੀਂ ਆਪਣੇ ਤਾਏ ਚਾਚੇ 'ਤੇ ਕਿਸੇ ਜਾਣਾ ਆ ਜਾਂ ਕਿਸੇ ਰਿਸ਼ਤੇਦਾਰ 'ਤੇ ਜਾਣਾ ਅਸੀਂ ਆਪਣਾ ਪੱਪੀ ਨਾਲ ਲੈ ਕੇ ਜਾਂਦੇ ਹਾਂ ਜਦ ਅਸੀਂ ਦੂਜੀ ਜਗ੍ਹਾ ਅਸੀਂ ਮਤਲਬ ਮਾਈਗ੍ਰੇਟ ਕਰਦੇ ਹਾਂ ਪੱਪੀ ਨੂੰ ਲੈ ਕੇ ਤਾਂ ਉੱਥੇ ਨਾ ਅਲੱਗ ਤਰ੍ਹਾਂ ਦੀਆਂ ਸਮੈਲ ਅਲੱਗ ਤਰ੍ਹਾਂ ਦਾ ਇਨਵਾਇਰਮੈਂਟ ਹੁੰਦਾ ਜਿਹੜਾ ਪੱਪੀ ਨੂੰ ਤੁਹਾਡੇ ਡੋਗ ਨੂੰ ਪਸੰਦ ਨਹੀਂ ਹੁੰਦਾ ਹੈਗਾ ਉਹ ਚਾਹੁੰਦਾ ਕਿ ਮੈਂ ਆਪਣੇ ਘਰ ਤੋਂ ਕਿੱਥੇ ਆ ਗਿਆ ਹੈਗਾ ਮੈਨੂੰ ਆਪਣੇ ਘਰ ਹੀ ਲੈ ਕੇ ਜਾਓ ਉਹ ਪੂਰਾ ਦਿਨ ਭੌਂਕਦਾ ਰਹਿੰਦਾ ਆ ਪੂਰਾ ਦਿਨ ਇਰੀਟੇਟ ਰਹਿੰਦਾ ਆ ਅਤੇ ਤੁਸੀਂ ਵੀ ਆਪਣੇ ਪਰਿਵਾਰ ਦੇ ਵਿੱਚ ਜਿੱਥੇ ਆਉਂਦੇ ਹੋ ਉਹ ਇੰਜੋਏ ਨਹੀਂ ਕਰ ਪਾਉਂਦੇ ਹੈਗੇ ਆ ਕਿਉਂਕਿ ਤੁਹਾਡਾ ਪੱਪੀ ਪ੍ਰੋਬਲਮ ਦੇ ਵਿੱਚ ਹੁੰਦਾ ਤੁਹਾਡਾ ਪੂਰਾ ਟੱਬਰ ਪ੍ਰੋਬਲਮ 'ਚ ਆ ਜਾਂਦਾ ਦੋਸਤੋ ਇਸ ਦੇ ਲਈ ਬੈਟਰ ਹੈਗਾ ਕਿ ਕੈਨਲ ਨੂੰ ਬੰਦ ਕਰੋ ਆਪਣੀ ਕਾਰ ਦੀ ਡਿੱਗੀ ਦੇ ਵਿੱਚ ਰੱਖੋ ਉੱਥੇ ਜਾ ਕੇ ਖੋਲ੍ਹੋ ਉਹਦੇ ਘਰ ਦੇ ਵਿੱਚ ਉਹਨੂੰ ਛੱਡ ਦਿਓ ਉਹ ਦੇਖਦਾ ਕਿ ਵੈਰੀ ਗੁੱਡ ਯਾਰ ਮੇਰਾ ਘਰ ਹੈ ਅਤੇ ਉਹ ਸਾਰੀਆਂ ਚੀਜ਼ਾਂ ਉਹੀ ਆ ਉਹੀ ਖੁਸ਼ਬੂਆਂ ਆ ਅਤੇ ਉਹ ਆਰਾਮ ਨਾਲ ਸੋ ਸਕਦਾ ਆ ਤੁਸੀਂ ਦੋ ਚਾਰ ਦਿਨ ਹਫ਼ਤਾ ਜਿੰਨੇ ਦਿਨ ਰਹਿਣਾ ਰਹਿ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਕ੍ਰੱਚ ਦੇਖਦੇ ਹੋ ਕਿ ਕਿੱਥੇ ਅਸੀਂ ਛੱਡ ਕੇ ਜਾਈਏ ਆਪਣੇ ਬੱਚੇ ਨੂੰ ਫਿਰ ਤੁਹਾਨੂੰ ਟੈਨਸ਼ਨ ਰਹਿੰਦੀ ਹੈ ਕਿ ਕ੍ਰੱਚ 'ਚ ਉਹਨੂੰ ਕੋਈ ਦੂਸਰਾ ਡੋਗ ਤਾਂ ਨਹੀਂ ਬਾਈਟ ਕਰ ਲੂਗਾ ਕੋਈ ਡੋਮੀਨੇਟ ਤਾਂ ਨਹੀਂ ਕਰ ਰਿਹਾ ਹੋਊਗਾ ਸ਼ਾਇਦ ਸਾਨੂੰ ਦੇਖ ਕੇ ਰੋਂਦਾ ਤਾਂ ਨਹੀਂ ਹੋਊਗਾ ਸਾਨੂੰ ਸੋਚ ਸੋਚ ਕੇ ਪਤਾ ਨਹੀਂ ਉਹਨੂੰ ਖਾਣਾ ਮਿਲਿਆ ਹੋਊਗਾ ਗਰਮੀ ਹੋਊ ਸਰਦੀ ਹੋਊ ਸੋ ਦੋਸਤੋ ਇਹ ਚੀਜ਼ਾਂ ਤੋਂ ਨਿਜਾਤ ਪਾਉਣ ਲਈ ਕਿਉਂਕਿ ਕੈਨਲ ਇੱਕ ਬੈਸਟ ਵੇ ਹੈਗਾ ਬੈਸਟ ਆਪਸ਼ਨ ਹੈਗਾ ਕਿਉਂਕਿ ਮੈਂ ਹਜ਼ਾਰ ਵਾਰੀ ਇਸ ਚੀਜ਼ ਦੇ ਪ੍ਰੈਕਟੀਕਲ ਕਰ ਚੁੱਕਿਆ ਹੈਗਾ ਜਿੰਨੀ ਵਾਰ ਵੀ ਪ੍ਰੈਕਟੀਕਲ ਕੀਤਾ ਹੈਗਾ ਆ ਮੈਂ ਪਲੱਸ ਦੇ ਵਿੱਚ ਰਿਹਾ ਹਾਂ ਕਿਉਂਕਿ ਮੇਰੇ ਕੋਲ ਵੀ ਦੋ ਗੁੱਡੀਆਂ ਹੈਗੀਆਂ ਸਾਡੇ ਕੋਲ ਵੀ ਡੋਗ ਹੈਗੇ ਨੇ ਜਦ ਅਸੀਂ ਕਿਤੇ ਜਾਣਾ ਹੁੰਦਾ ਆ ਚਾਚੇ ਤਾਏ ਦੇ ਘਰ ਆ ਅਸੀਂ ਆਪਣੇ ਹੋਮ ਟਾਊਨ ਜਾਣਾ ਹੁੰਦਾ ਆ ਤਾਂ ਅਸੀਂ ਚੁੱਪਚਾਪ ਨਾਲ ਉਹਨੇ ਡਿੱਗੀ 'ਚ ਰੱਖਦੇ ਹਾਂ ਆਪਣੇ ਡੋਗ ਨੂੰ ਸੀਟ 'ਤੇ ਬਿਠਾਉਂਦੇ ਹਾਂ ਜਾ ਕੇ ਉੱਥੇ ਜਾ ਕੇ ਉਹਦਾ ਕੈਨਲ ਖੋਲ੍ਹ ਦੇ ਵਿੱਚ ਰੱਖ ਦਿੰਦੇ ਹਾਂ ਉਹ ਜਦ ਘੁਮਾ ਫਿਰਾ ਕੇ ਫਿਰ ਉਹ ਆਪਣੇ ਕੈਨਲ ਦੇ ਵਿੱਚ ਵੜ ਜਾਂਦਾ ਕਹਿੰਦਾ ਠੀਕ ਹੈ ਭਾਈ ਹੁਣ ਇੱਥੇ ਆਹ ਆਹ ਮੇਰਾ ਕੈਨਲ ਹੋਣਾ ਬਹੁਤ ਜ਼ਰੂਰੀ ਹੈਗਾ ਸੋ ਦੋਸਤੋ ਬੈਸਟ ਆਪਸ਼ਨ ਹੈਗਾ ਇਸ ਦੇ ਨਾਲ ਇੱਕ ਤਾਂ ਤੁਹਾਡਾ ਡੋਗ ਛੋਟੀਆਂ ਜਿਹੜੀਆਂ ਘਰ ਦੀਆਂ ਚੀਜ਼ਾਂ ਖਾਣੀਆਂ ਚੱਬਣੀਆਂ ਪੱਟਣੀਆਂ ਹੈ ਨਾ ਜੀ ਇਹ ਚੀਜ਼ ਤੋਂ ਬਚ ਜੂਗਾ ਕਿਉਂਕਿ ਉਹਦੇ ਟਿਨਿੰਗ ਹੋ ਰਹੀ ਹੁੰਦੀ ਹੈ ਨਾ ਨਵੇਂ ਪੱਪੀ ਦੇ ਉਹ ਚੀਜ਼ਾਂ ਤੁਹਾਡੇ ਸਟੱਫ ਖਰਾਬ ਕਰਦਾ ਘਰ ਦੇ ਇਸ ਤੋਂ ਤੁਸੀਂ ਵੀ ਨਿਜਾਤ ਪਾ ਜੂਗੇ ਦੂਸਰੀ ਚੀਜ਼ ਜੇ ਡੋਗ ਜ਼ਿਆਦਾ ਹਾਈਪਰ ਹੈ ਉਹ ਕਾਮ ਹੋ ਜੂਗਾ ਹੈ ਤੀਜੀ ਚੀਜ਼ ਤੁਸੀਂ ਡੋਗ ਨੂੰ ਅਗਰ ਇਹਦੇ ਵਿੱਚ ਰੱਖੋਗੇ ਨਾ ਟਾਈਮ ਟੂ ਟਾਈਮ ਕੱਢੋਗੇ ਉਸਦੇ ਨਾਲ ਖੇਲੋਗੇ ਘੁੰਮਾ ਕੇ ਲੈ ਕੇ ਇੰਜੋਏ ਕਰੋਗੇ ਅਤੇ ਡੋਗ ਨੂੰ ਨਾ ਕਿਸੇ ਟ੍ਰੇਨਰ ਤੋਂ ਟ੍ਰੇਨ ਕਰਾਉਣ ਦੀ ਜ਼ਰੂਰਤ ਵੀ ਨਹੀਂ ਪੈਣੀ ਹੈਗੀ ਆ ਕਿਉਂਕਿ ਜਦ ਤੁਸੀਂ ਉਸਨੂੰ ਕੈਨਲ ਦੇ ਵਿੱਚ ਪਾ ਕੇ ਆਪਣੇ ਕੋਲ ਰੱਖੋਗੇ ਨਾ ਮੰਮੀ ਪਾਪਾ ਪਰਿਵਾਰਕ ਮੈਂਬਰ ਅਸੀਂ ਗੱਲ ਕਰਦੇ ਹਾਂ ਅਤੇ ਡੋਗ ਅਬਜ਼ਰਵ ਕਰਦਾ ਉਸ ਚੀਜ਼ ਨੂੰ ਦੇਖਦਾ ਆ ਫੋਲੋ ਕਰਦਾ ਆ ਅਤੇ ਉਹਨੂੰ ਟਿਕਾਵ ਆ ਜਾਂਦਾ ਉਹਨੂੰ ਬੈਠਣ ਦਾ ਤਰੀਕਾ ਪਤਾ ਲੱਗ ਜਾਂਦਾ ਘਰ ਦੇ ਵਿੱਚ ਇਹ ਤਾਂ ਹਬੜੂ ਹਬੜੂ ਕਰਦਾ ਫਿਰਦਾ ਰਹਿੰਦਾ ਆ ਖੁੱਲ੍ਹੇ ਘੋੜੇ ਦੀ ਤਰ੍ਹਾਂ ਅਤੇ ਸਾਨੂੰ ਬਹੁਤ ਪ੍ਰੋਬਲਮਾਂ ਦੇ ਵਿੱਚ ਪਾ ਦਿੰਦਾ ਠੀਕ ਹੈ ਜੀ ਸੋ ਉਹਦੇ ਵਿੱਚ ਉਹਦੀ ਹੈਲਥ ਉਹਦੇ ਵਿੱਚ ਐਨਰਜੀ ਵੀ ਬਣੀ ਰਹਿੰਦੀ ਹੈ ਉਹਦੀ ਹੈਲਥ ਵੀ ਠੀਕ ਰਹਿੰਦੀ ਹੈ ਠੀਕ ਹੈ ਜੀ ਤੀਜੀ ਚੀਜ਼ ਅਗਰ ਉਸਨੇ ਬਾਰ ਬਾਰ ਸੁੱਸੂ ਕੀਤਾ ਤਾਂ ਟਰੇਅ ਭੱਜ ਜਾਂਦੀ ਅਸੀਂ ਟਰੇਅ ਕੱਢ ਕੇ ਸੁੱਸੂ ਜਾਂ ਪੱਟੀ ਰਿਮੂਵ ਕਰ ਸਕਦੇ ਹਾਂ ਮੈਂ ਤੁਹਾਨੂੰ ਦਿਖਾ ਵੀ ਸਕਦਾ ਮੇਰੇ ਕੋਲ ਇਸ ਟਾਈਮ ਵੀ ਇੱਕ ਪੱਟੀ ਅਵੇਲੇਬਲ ਹੈਗਾ ਆ ਮੈਂ ਤੁਹਾਨੂੰ ਦਿਖਾਉਣਾ ਕਿ ਕਿਉਂਕਿ ਮੈਂ ਵੀ ਆਪਣੇ ਇੱਥੇ ਆਪਣੇ ਸਟੋਰ ਦੇ ਵਿੱਚ ਜ਼ਿਆਦਾ ਪੱਟੀ ਮੈਂ ਲੈ ਕੇ ਲੈਂਦਾ ਬਟ ਜਿਹੜਾ ਵੀ ਲੈ ਕੇ ਆਉਂਦਾ ਉਹਨੂੰ ਇੱਕ ਖੁੱਲ੍ਹਾ ਕੈਨਲ ਦੇ ਦਿੰਦਾ ਉਹਨਾਂ ਕੈਨਲ ਦੇ ਵਿੱਚ ਮੋਜਾ ਮਾਰਦਾ ਆ ਅਗਰ ਉਹਨੇ ਪੱਟੀ ਸੁਸੂ ਕਰਨੀ ਹੈ ਤਾਂ ਮੈਂ ਈਜ਼ੀ ਤਰੀਕੇ ਨਾਲ ਕੱਢ ਕੇ ਪਿੱਛੇ ਟੋਇਲਟ ਦੇ ਵਿੱਚ ਰਿਮੂਵ ਕਰ ਦਿੰਦਾ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਮੇਰਾ ਪੱਟੀ ਕਿੰਨੇ ਅੱਛੇ ਤਰੀਕੇ ਦੇ ਨਾਲ ਇੰਜੋਏ ਕਰ ਰਿਹਾ ਕੈਨਲ ਦੇ ਵਿੱਚ ਵੇਟ ਕਰੋ ਮੈਂ ਪੌਜ਼ ਕਰਕੇ ਦਿਖਾ ਰਿਹਾ ਤੁਹਾਨੂੰ ਦੇਖੋ ਜੀ ਮੈਨੂੰ ਨਾ ਨੀਚੇ ਬੈਠ ਕੇ ਤੁਹਾਨੂੰ ਦਿਖਾਉਣਾ ਪੈ ਰਿਹਾ ਮੇਰੇ ਕੋਲ ਇੱਕ ਜੈਪਨੀ ਸਪਿਟਸ ਪੱਪੀ ਪਿਆ ਹੈਗਾ ਆ ਅਤੇ ਦੇਖੋ ਉਹਦੇ ਅੱਧ ਅੱਧ ਇਹਦੇ ਅੱਧ ਜਗ੍ਹਾ ਦੇ ਵਿੱਚ ਮੈਨੂੰ ਉਸਦਾ ਬੈੱਡ ਲਗਾ ਦਿੱਤਾ ਹੈਗਾ ਆ ਮੈਂ ਤੁਹਾਨੂੰ ਉੱਪਰੋਂ ਵੀ ਦਿਖਾਉਂਦਾ ਆ ਦੇਖੋ ਇੱਕ ਇੰਜੋਏ ਕਰ ਰਿਹਾ ਉਹ ਬੈਠਾ ਅਗਰ ਉਹਨੇ ਪੋਟੀ ਸੁਸੂ ਕਰਨਾ ਇੱਥੋਂ ਥੱਲੇ ਆਉਂਦਾ ਆ ਉਰੇ ਪੋਟੀ ਸੁਸੂ ਕਰ ਦਿੰਦਾ ਆ ਅਤੇ ਉਹਦੇ ਟੋਇਸ ਵੀ ਵਿੱਚ ਪਈ ਆ ਅਤੇ ਮੈਂ ਕੀ ਕਰਦਾ ਆ ਟ੍ਰੇ ਲੱਗੀ ਹੋਈ ਹੈ ਮੈਂ ਟ੍ਰੇ ਕੱਢਦਾ ਉਹਦੀ ਅਤੇ ਉਹਦੀ ਰਿਮੂਵ ਕਰ ਦਿੰਦਾ ਹੁਣ ਵੀ ਉਹਨੇ ਸੁਸੂ ਕੀਤਾ ਹੋਇਆ ਸਾਈਡ ਦੇ ਵਿੱਚ ਆਇਆ ਹੋਇਆ ਠੀਕ ਹੈ ਜੀ ਉਹ ਇੰਜੋਏ ਕਰ ਰਿਹਾ ਅਤੇ ਟ੍ਰੇ ਅੰਦਰ ਹੋ ਜਾਂਦੀ ਹੈ ਇਹ ਬੰਦ ਵੀ ਹੋ ਜਾਂਦੇ ਨੇ ਬੰਦ ਹੋ ਕੇ ਲਾਈਕ ਇਸ ਸ਼ੇਪ ਦੇ ਵਿੱਚ ਆ ਜਾਂਦੇ ਨੇ ਦੇਖੋ ਇਸ ਸ਼ੇਪ ਦੇ ਵਿੱਚ ਆ ਜਾਂਦੇ ਨੇ ਕਿਤਾਬ ਵਾਂਗੂ ਬੰਦ ਹੋ ਜਾਂਦੇ ਨੇ ਛੋਟੇ ਠੀਕ ਹੈ ਜੀ ਆ ਬੰਦ ਹੋ ਕੇ ਆ ਸਾਰੇ ਇੱਥੇ ਪਏ ਆ ਕਹਿੰਦੇ ਠੀਕ ਹੈ ਜੀ ਆਹ ਚੀਜ਼ ਹੈਗੀ ਹੈ ਅਤੇ ਮੈਂ ਤੁਹਾਨੂੰ ਦਿਖਾਉਂਦਾ ਦੇਖੋ ਇੰਜੋਏ ਕਰ ਰਿਹਾ ਉਹ ਆਪਣਾ ਮਸਤੀ ਲੈ ਰਿਹਾ ਜੇ ਉਹ ਬਾਹਰ ਹੁੰਦਾ ਕਿਤੇ ਬਾਹਰ ਬੈਠਾ ਹੁੰਦਾ ਤਾਂ ਉਹ ਫਿਰ ਉਹ ਦਿੱਕਤ ਦੇ ਵਿੱਚ ਹੁੰਦਾ ਫਿਰ ਮੈਨੂੰ ਵੀ ਜਾ ਕੇ ਲੱਭਣਾ ਪੈਣਾ ਸੀਗਾ ਕਿੱਥੇ ਚਲਾ ਗਿਆ ਹੈਗਾ ਆ ਜਾਂ ਕੀ ਕਰ ਰਿਹਾ ਕੁਝ ਖਾ ਤਾਂ ਨਹੀਂ ਗਿਆ ਕੋਈ ਜ਼ਹਿਰੀਲੀ ਚੀਜ਼ ਤਾਂ ਨਹੀਂ ਨਿਕਲ ਗਿਆ ਲਾਈਕ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਆ ਸੋ ਦੋਸਤੋ ਮੈਂ ਤੁਹਾਨੂੰ ਇਹੀ ਚੀਜ਼ ਮੇਨ ਦੱਸਣਾ ਚਾਹੁੰਦਾ ਸੀਗਾ ਆ ਕਿ ਅਗਰ ਤੁਸੀਂ ਇੱਕ ਫਸਟ ਟਾਈਮ ਬਿਗਨਰ ਹੋ ਫਸਟ ਟਾਈਮ ਡੋਗ ਲੈਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਆ ਗਿਆ ਹੈਗਾ ਡੋਗ ਤਾਂ ਤੁਸੀਂ ਸਿੰਪਲ ਤਰੀਕਾ ਇਹੀ ਹੈ ਕਿ ਇੱਕ ਕੈਨਲ ਲਵੋ ਕੈਨਲ ਦੇ ਵਿੱਚ ਆਪਣੇ ਡੋਗ ਨੂੰ ਰੱਖੋ ਅਤੇ ਵੱਡਾ ਕਰੋ ਜਦੋਂ ਵੱਡਾ ਹੋ ਗਿਆ ਫਿਰ ਤੁਹਾਨੂੰ ਯਾਦ ਆਊਗੀ ਥਾਪਰ ਦੀ ਕਿ ਥਾਪਰ ਭਾਜੀ ਨੇ ਸਾਨੂੰ ਬਹੁਤ ਅੱਛਾ ਗਾਈਡ ਕੀਤਾ ਸੀਗਾ ਅਗਰ ਤੁਸੀਂ ਉਸਨੂੰ ਖੁੱਲ੍ਹਾ ਘੋੜਾ ਬਣਾ ਲਿਆ ਤਾਂ ਵੀ ਤੁਸੀਂ ਥਾਪਰ ਨੂੰ ਫੋਨ ਕਰੋਗੇ ਭਾਜੀ ਹੁਣ ਆਹ ਕਿੱਦਾਂ ਕਰੀਏ ਉਹ ਕਿੱਦਾਂ ਕਰੀਏ ਡੋਗ ਇੱਦਾਂ ਕਰਦਾ ਡੋਗ
ते अपना ध्यान रखियो ते अपने डॉग्स दा अपने पेट्स दा ध्यान रखियो। किसी नू कोई चीज़ तुसी मेरे नू पुछना चाहते हो या डॉग बारे डॉग रिलेटेड कोई थोनू समस्या हैगी है या कोई प्रॉब्लम का निदान पाना चाहते हो तो प्लीज़ मैनू कॉल ना करियो यार। मैं इन्ने दिन एक दिन के इन्नी कॉल्स नहीं सुन पाता हैगा यार। तुसी मेरे वट्सएप नंबर के उपर 9876443761 है मेरा नंबर 9876143761 तुसी ओदे पर मैनू एक वॉइस मैसेज द्वारा वॉइस मैसेज सेंड कर दो। मैं थोनू रिप्लाई दे दूंगा कि ये समस्या का आ निदान है या उपचार हो सकता है। ठीक है दोस्तों, यूट्यूब फेसबुक इंस्टाग्राम ट्विटर के उपर मैं हैगा ऋषि थापर डॉग ट्रेनर। तुसी सर्च कर सकते हो मेरी वीडियोज़ के नाल डॉग की बैटरमेंट वीडियोज़ के नाल तुसी उत्थे देख सकते हो। अगे तुसी फीचर दे विच किद्दां दी वीडियो देखना चाहते हो एक बार जरूर मैनू कमेंट सैक्शन दे विच लिख के भेजना है कि किस तरह दे मैं वीडियो बनावा दोस्तों। तो हुण दवो मैनू इजाजत, मेरे को मेरे क्लाइंट खड़े है, 3 क्लाइंट मेरे को खड़ गए है, उन्होंने रोकया हो दोस्तों मैनू दवो इजाजत। ठीक है जी, सत श्री अकाल जी सारे नूं।